ਜਦੋਂ ਵੀ ਆਡੀਓ ਕੈਸਟ ਦਾ ਜ਼ਿਕਰ ਹੁੰਦਾ ਹੈ ਤਾਂ 90 ਦੇ ਦਹਾਕੇ ਦਾ ਹਰ ਇੱਕ ਨੂੰ ਯਾਦ ਆ ਜਾਂਦਾ ਹੈ ਡੈਕ ਵਿੱਚ ਆਡੀਓ ਕੈਸਟ ਪਾ ਕੇ ਕਈ ਘੰਟੇ ਗੀਤ ਸੁੰਣਾ ਪੈਨਸਲ ਜਾਂ ਪੈਨ ਨਾਲ ਕੈਸਟ ਦੀ ਟੇਪ ਨੂੰ ਠੀਕ ਕਰਨਾ ਹਰ ਇੱਕ ਨੂੰ ਯਾਦ ਹੋਵੇਗਾ ਸੋਚੋ ਜੇ ਕੈਸਟ ਨਾ ਹੁੰਦੇ ਤਾਂ ਸਾਨੂੰ ਉਸ ਸਮੇਂ ਗਾਣੇ ਸੁਣਨ ਨੂੰ ਕਿੱਥੋਂ ਮਿਲਦੇ ਲੋਅ ਟੈਂਸ ਨਾਂ ਦੇ ਇਸ ਬੰਦੇ ਨੇ ਆਡੀਓ ਕੈਸਟ ਦੀ ਖੋਜ ਕੀਤੀ ਸੀ ਉਸ ਦਾ ਅੱਜ 94 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ ਖਬਰਾਂ ਦੇ ਮੰਨਿਆ ਤਾਂ 1960 ਵਿੱਚ ਲੋਅ ਟੈਂਸ ਨੂੰ ਫਲਿਪਸ ਕੰਪਨੀ ਦੇ ਪ੍ਰੋਡਕਟ ਡਿਵੈਲਪਮੈਂਟ ਡਿਪਾਰਟਮੈਂਟ ਦਾ ਹੈੱਡ ਬਣਾਇਆ ਗਿਆ ਸੀ ਇਸ ਦੌਰਾਨ ਉਹਨਾਂ ਨੇ ਆਪਣੀ ਟੀਮ ਨਾਲ ਮਿਲ ਕੇ ਆਡੀਓ ਕੈਸਟ ਦੀ ਖੋਜ ਕੀਤੀ ਸੀ ਕਿਹਾ ਜਾਂਦਾ ਹੈ ਕਿ ਆਡੀਓ ਕੈਸਟ ਨੂੰ ਲੈ ਕੇ ਉਹਨਾਂ ਨੇ ਫਲਿਪਸ ਸੋਨੀ ਨਾਲ ਇੱਕ ਡੀਲ ਕੀਤੀ ਸੀ ਜਿਸ ਤੋਂ ਬਾਅਦ ਉਹ ਦੁਨੀਆ ਭਰ ਵਿੱਚ ਮਸ਼ਹੂਰ ਹੋ ਗਈ ਖਬਰਾਂ ਮੁਤਾਬਕ ਹੋ ਨੀਦਰਲੈਂਡ ਦੇ ਰਹਿਣ ਵਾਲੇ ਸੰਤ ਤੇ ਉਹਨਾਂ ਨੇ 1961 ਵਿੱਚ ਪਹਿਲਾ ਪੋਰਟੇਬਲ ਟੇਪ ਰੀਕੋਰਡਰ ਦੁਨੀਆ ਦੇ ਸਾਹਮਣੇ ਰੱਖਿਆ ਸੀ ਕਹਿੰਦੇ ਹਨ ਕਿ ਹੁਣ ਤੱਕ ਟੇਪ ਰੀਕੋਰਡਰ ਦੀ 1 ਮਿਲੀਅਨ ਕਾਪੀ ਵੇਚੀ ਜਾ ਚੁੱਕੀ ਹੈ 1926 ਵਿੱਚ ਜਨਮੇ ਲੋਰ ਟੈਂਸ ਨੇ ਇੰਜੀਨੀਅਰਿੰਗ ਕੀਤੀ ਇਸ ਤੋਂ ਬਾਅਦ ਉਹਨਾਂ ਨੇ 1952 ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹ ਉਹਨਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਦੁਨੀਆ ਭਰ ਵਿੱਚ ਤਕਰੀਬਨ 100 ਬਿਲੀਅਨ ਆਡੀਓ ਕੈਸਟ ਤੇ 20000 ਕਰੋੜ ਸੀਡੀ ਵੇਚੀ ਜਾ ਚੁੱਕੀ ਹੈ ਬਿਊਰੋ ਰਿਪੋਰਟ ਪੰਜਾਬ ਨਹੀਂ